tierra donde sale donde fue. ਗਾੜੀ ਲਾਣੀ ਆ और ठीक ठाक तेरे क्या? अच्छा अब भैया डंगर डंगर के देनो तेरे पे हो देना यार गाल सुन मेरे पे हो दे उन तो मेरे घर होंगे यार मैं मेरे डंगर आडन और सुनो ठीक ठाक हो? ठीक ठाक हां माल डंगरा सारी खैर मेरा खैर मेरे जी ए कोई खरीदनी होवा तो लबसी सारियां ला बस जनाब गाड़ी चाहिए ਨਾ ਬੰਦਾ ਮੈਂ ਗਰੀਬੜਾ ਜਿਹਾ ਤੇ ਗਾਂ ਲੈਣੀ ਹੈ ਕੋਈ ਚੰਗੀ ਜਿਹੀ ਥੋੜ੍ਹੇ ਜਿਹੇ ਪੈਸੇ ਹੋਣ ਅੱਛਾ ਅਤੇ ਕੋਈ ਚੰਗੀ ਜਿਹੀ ਨਸਲੀ ਗਾਂ ਜਿਹੜੀ ਕੋਈ ਦੁੱਧ ਸ਼ੁੱਧ ਵਾਲ ਦੇਵਾ ਨਸਲੀ ਗਾਂ ਨਸਲੀ ਸਾਰੀਆਂ ਹੀ ਨੇ ਆਹ ਭਾਉ ਜਿਹੜੀ ਕਾਲੀ ਗਾਂ ਹੈ ਆਹ ਲੰਮਿਆ ਸਿੰਘ ਆ ਜੀ ਇਹ ਲੰਮਿਆ ਸਿੰਘ ਆ ਜੀ ਇਸ ਦੀ ਇਹ ਕੁਝ ਕੀਮਤ ਹੈ ਇਹ ਤਾਂ ਤੁਹਾਨੂੰ ਹੀ ਲੈਣੀ ਹੋਣੀ ਆ ਭਾਊ ਮੈਂ ਘਰੋਂ ਗਾਂ ਲੈਣ ਆਇਆ ਤੇ ਲੈਣ ਕਿਵੇਂ ਨਹੀਂ ਹੋਣੀ ਮੈਂ ਇਹਦਾ ਮੁੱਲ ਹੀ ਬੜਾ ਆ ਤੂੰ ਦੱਸੇ ਤਾਂ ਪਤਾ ਲੱਗ ਸੀ ਨਾ ਮੈਂ ਕਿਤਨਾ ਮੁੱਲ 70,000 ਹੈ 70,000 ਹਾਂ ਆ ਤਾਂ ਮੱਗ ਗਈ ਪਰ ਕੋਈ ਗੱਲ ਨਹੀਂ ਖੈਰ ਆ 70,000 ਕੋਈ ਨਹੀਂ ਮੈਂ ਤੈਨੂੰ ਕੋਈ ਛੱਡਦਾ ਨਹੀਂ ਵਿੱਚੋਂ ਹਾਂ ਨਾ ਛੱਡਣਾ ਕਿਉਂ ਤੇਰੇ ਵਾਸਤੇ 5 ਰੁਪਈਏ ਛੱਡ ਦਿੱਤੇ ਹੁਣ ਵਾਸ ਪੈਸੇ ਦਿਵਾਉ ਹਾਂ ਚੈੱਕ ਲੈਸੇ ਨਾ ਹਾਂ ਹਾਂ ਦੇ ਕੋਈ ਦੇ ਲੈ ਦੇ ਅਬ ਬਾਉ ਬੈਂਕ ਕੇ ਚੋ ਆਪੇ ਜਾ ਕਢਾ ਲਵੇਂ ਨਕਲੀ ਨਾ ਦੇ ਜਾਵੀਂ ਨਾ ਨਾ ਨਕਲੀ ਕਿਹਦੇ ਦੇਣੇ ਨਾ ਪੈਸੇ ਤਾਂ ਹੈ ਨ ਮੇਰੇ ਕੋਲ ਪਰ ਇਹ ਮੈਂ ਬਾਉ ਥੋੜਾ ਰੱਖਿਆ ਨੇ ਕਿਰਾਇਆ ਸ਼ਰਾਇਆ ਵੀ ਦੇਣਾ ਤੇ ਦੈਨ ਬਾਊਆ ਮੈਂ ਦਿਨ ਦਾ ਪਿਆ ਚੈੱਕ ਹੋ ਹਾਂ ਲਾ ਲਾ ਪੂਰੇ 70,000 ਦੇ ਠੀਕ ਹੈ ਜੀ ਤੇ ਇਹ ਤੂੰ ਇੰਜ ਕਰਨਾ ਹਾਂ ਜਿਸ ਤੇ ਵੈਸੇ ਬੈਂਕ ਵਾਲਿਆਂ ਨੇ ਮੇਰਾ ਹਵਾਲਾ ਦੇ ਸੇ ਤੈ ਉਸ ਤੇ ਨੰਬਰ ਦਿਸਦਾ ਪਈ ਦਿਸਦਾ ਪਿਆ ਦਿਸਦਾ ਇਹ ਸੋਤਾ ਪੈਸੇ ਨਿਕਲੋਸ ਠੀਕ ਹੈ ਜੀ ਤੂੰ ਹੁਣ ਖੋਲ ਲੈ ਮੈਂ ਡਾਲੇ ਵਾਲੇ ਨੂੰ ਭਾਊ ਕਰੇ ਨਾ ਫੋਨ ਹਾਂ ਉਹ ਆਂਦਾ ਤਾਂ ਫਿਰ ਖੋਲ ਠੀਕ ਹੈ ਹੈਲੋ ਵਾਲੇਕੁਮ ਸਲਾਮ ਕੋੜੇ ਦੇ ਪੁੱਤਰਾ ਕਿਤੇ ਵਧਾ ਆ ਭਾਊ ਗਾਂ ਖਰੀਦ ਲਈ ਆ ਬੜੀ ਨਸਲੀ ਗਾਂ ਆ ਤਾਂ 1.5 ਲੱਖ ਰੁਪਈਏ ਦੀ ਗਾਂ ਆ ਤਾਂ ਮੈਂ 70,000  'ਚ ਖਰੀਦੀ ਬੈਠਾ ਮੈਂ ਲੁੱਟ ਲਈ ਬੰਦੇ ਨੂੰ ਅਤੇ ਤੂੰ ਇੰਝ ਕੰਮ ਕਰੇ ਸੀ ਕਿ ਤੂੰ ਡਾਲਾ ਗਿਣ ਤੇ ਆ ਪਿਆ ਅਤੇ ਮੈਂ ਗਾਈ ਕੋਲ ਵਧਾ ਔਰ ਫਲਾਣਾ ਨਾ ਡੇਰਾ ਵਰਗਾਮੀ ਮੁਸਲੀਆ ਦਾ ਉੱਥੇ ਆ ਜਲਦੀ ਆ ਜਲਦੀ ਹੁਣ ਮੇਰੇ ਕੋਲ ਖੜਨ ਨੂੰ ਆਉਂਦਾ ਗਾਂ ਬਹੁਤ ਚੰਗੀ ਗਏ ਕੋਈ ਹੋਰ ਗਾਹਕ ਨਾ ਪੈ ਜਾਵਾ ਆ ਉਰੇ ਮਾਰ ਖੋਤੇ ਦੀ ਗੇ ਨੰਬਰੇ ਬੜੀ ਦਿਹਾੜੀ ਲੱਗੀ ਹੈ ਮੈਂ ਨੱਸਾਂ ਹੌਸਲੀ ਮਾਲਕ ਨਾ ਆ ਬੰਜੇ ਕਿਆ ਮੈਂ ਬਾਊ ਕਿਹੜਾ ਉਹਨਾਂ 70,000 ਭਰਿਆ ਤਾਂ ਗਾਂ ਖੋਲ ਕੇ ਡਾਲਿਆ ਟੁਰਦਾ ਸਰਕਾਰ ਲਓ ਬੈਠਾ ਤੂੰ ਤਕਾ ਸਾਨੂੰ ਕਿੱਥੇ ਬੈਠਾ
ਕਿੱਥੇ ਗਿਆ ਯਾਰ ਬੰਦਾ ਉੱਥੇ ਬੈਠਾ ਈ ਯਾਰ ਹੁਣ ਉਹਨੂੰ ਜ਼ਮੀਨ ਖਾ ਗਈ ਅਸਮਾਨ ਨਿਕਲ ਗਿਆ ਹੁਣ ਤਕਾ ਸਨ ਤੂੰ ਉਹਦੇ ਚੋਰ ਹੈ ਡਕੇਟ ਹੈ ਤੇਰੀ ਸ਼ਕਲਾਂ ਡਕੇਟਾਂ ਆ ਰਹੇ ਨੇ ਓ ਮੈਂ ਡਕੇਟ ਨਹੀਂ ਯਾਰ ਮੈਂ ਤਾਂ ਭਾਈ ਅਸੀਂ ਤਾਂ ਥਾਣੇ ਦੇਣਾ ਆ ਤੇ ਤੂੰ ਬਾਈ ਤੂੰ ਚੋਰ ਮੈਂ ਹੁਣ ਫੋਨ ਕਰਿਆ ਨਾ ਪੁਲਿਸ ਨੂੰ ਯਾਰ ਮੇਰੀ ਗੱਲ ਸੁਣੋ ਨਹੀਂ ਬਾਈ ਮੈਂ